रूबरू दे प्रायोजक ने अंबा ज्वेलर्स विश्वास 30 साल दा ਪੈਰ ਵਿੱਚ ਝੱਲਦੀਆਂ ਪੱਖੀਆਂ ਬੈਠੀਆਂ ਤਰਿੰਜਣ 'ਚ ਸੋਹਣੀਆਂ ਸੁਣੱਖੀਆਂ ਨੀ ਤੂੰ ਸਾਰਿਆਂ 'ਚੋਂ ਸਿਰੇ ਦੀ ਰਕਾਣ ਤੂੰ ਫੁਲਕਾਰੀ ਕੱਢਦੀ ਕੱਢੇ ਤੇਰੀ ਫੁਲਕਾਰੀ ਸਾਡੀ ਜਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗਿਲ ਪ੍ਰਦੀਪ ਇੱਕ ਵਾਰੀ ਫਿਰ ਹਾਜ਼ਰ ਹੋਇਆ ਅੱਜ ਦਾ ਪ੍ਰੋਗਰਾਮ ਰੂਬਰੂ ਲੈ ਕੇ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਜਿਹੇ ਪੰਜਾਬੀ ਲਾਡਲੇ ਗਾਇਕ ਨੂੰ ਮੈਂ ਤੁਹਾਡੇ ਰੂਬਰੂ ਕਰੂੰਗਾ ਜਿਹਨੇ ਘੋਲੀਏ ਪਿੰਡ ਦੇ ਵਿੱਚ ਮਾਝੇ ਦੀਏ ਮੋਮਬੱਤੀਏ ਤੋਂ ਆਪਣੇ ਗੀਤ ਦੀ ਸ਼ੁਰੂਆਤ ਕੀਤੀ ਸੀਗੀ, ਫਿਰ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਵੇਖਿਆ। ਹਿੱਟ ਤੋਂ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਦੇ ਵਿੱਚ ਪਾਏ, ਜਿਹਦੇ ਵਿੱਚ ਜ਼ਿਕਰ ਕਰਨਾ ਬਣਦਾ ਹੈ ਖੰਡ ਮਿਸ਼ਰੀ ਗੀਤ ਦਾ, ਆਪਣੇ ਵਿਆਹ ਵਿੱਚ ਨੱਚਦਾ ਫਿਰੇ ਲੌਂਗ ਤਵੀਟੜੀਆਂ ਤੇਰੀ ਝਾਂਜਰ ਦਾ ਛਣਕਾਰਾ ਨਹੀਂ, ਬੜੇ ਅਜਿਹੇ ਗੀਤ ਇਸ ਕਲਾਕਾਰ ਦੇ ਹਿੱਸੇ ਆਏ ਨੇ। ਆਓ ਬਾਈ ਨੂੰ ਮਿਲਦੇ ਹਾਂ ਮੋਹਾਲੀ ਸ਼ਹਿਰ ਦੇ ਵਿੱਚ 69 ਸੈਂਟਰ ਦੇ ਵਿੱਚ, ਉਹਨਾਂ ਦਾ ਘਰ ਹੈ ਸਿੱਧੂ ਵਿਲਾ। ਆਓ ਮਿਲਦੇ ਹਾਂ ਬਾਈ ਨੂੰ, ਆ ਜਾਓ। ਅਤੇ ਆਓ ਦੋਸਤੋ, ਤੁਹਾਡੇ ਰੂਬਰੂ ਕਰਦੇ ਹਾਂ ਪੰਜਾਬ ਦਾ ਲਾਡਲਾ ਗਾਇਕ ਬਾਈ ਬਲਕਾਰ ਸਿੱਧੂ। ਸਿੱਧੂ ਸਾਹਿਬ, ਸਵਾਗਤ ਹੈ ਸਾਡੇ ਪ੍ਰੋਗਰਾਮ ਰੂਬਰੂ ਦੇ ਵਿੱਚ। ਚੈਨਲ ਗਲੋਬਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਰੂਬਰੂ ਦੇ ਵਿੱਚ ਇਕੱਠੇ ਹੋਏ ਹਾਂ ਆਪਾਂ, ਪੰਜਾਬੀ ਗੀਤਾਂ ਨੂੰ, ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਇੱਕ ਵਾਰ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਿੱਧੂ ਸਾਹਿਬ, ਜਦੋਂ ਵੀ ਕੋਈ ਸਿੰਗਰ ਆ ਜਿਹੜਾ ਸਟਾਰ ਬਣ ਜਾਂਦਾ ਜਾਂ ਲੋਕਾਂ ਦੇ ਵਿੱਚ ਆ ਜਾਂਦਾ, ਸਾਰੇ ਉਹਨੂੰ ਜਾਣਨ ਲੱਗ ਜਾਂਦੇ, ਪਹਿਚਾਨਣ ਲੱਗ ਜਾਂਦੇ ਆ, ਪਰ ਕਲਾਕਾਰ ਦੀ ਜਿਹੜੀ ਸਟਰਗਲ ਵਾਲੀ ਲਾਈਫ ਆ ਨਾ, ਉਹਦੇ ਬਾਰੇ ਜ਼ਿਆਦਾ ਨਹੀਂ ਲੋਕਾਂ ਨੂੰ ਪਤਾ ਹੁੰਦਾ। ਦਿਨ ਪੇਪਰਾਂ ਦੇ ਤੋਂ ਤੁਸੀਂ ਆਪਣੀ ਸ਼ੁਰੂਆਤ ਕੀਤੀ, ਉਸ ਤੋਂ ਬਾਅਦ ਮਾਝੇ ਦੀ ਮੋਮਬੱਤੀ ਜਿਹੜਾ ਸੁਪਰ ਹਿੱਟ ਗੀਤ ਹੋਇਆ, ਹੈ ਨਾ, ਪਰ ਉਸ ਤੋਂ ਪਹਿਲਾਂ ਮਾਝੇ ਦੀ ਮੋਮਬੱਤੀ ਤੋਂ ਪਹਿਲਾਂ ਕਿਹੜੇ ਕਿਹੜੇ ਸੱਜਣਾਂ ਦਾ ਸਹਿਯੋਗ ਰਿਹਾ ਇਸ ਲਾਈਨ ਦੇ ਵਿੱਚ? ਸਹਿਯੋਗ ਦੀ ਸੱਜਣਾ ਬੇਲੀਆਂ ਦਾ ਸਹਿਯੋਗ ਹੀ ਹੁੰਦਾ ਵੈਸੇ, ਉਹੀ ਸੱਜਣ ਹੈਗੇ ਜਿਹੜੇ ਸਟਰਗਲ ਵੇਲੇ ਨਾਲ ਰਹਿੰਦੇ ਆ, ਉਹਨੂੰ ਨਾਲ ਰੱਖਣਾ ਚਾਹੀਦਾ ਅਤੇ ਉਹ ਐਂਡ ਤੱਕ ਆਖਰੀ ਸਾਹ ਤੱਕ ਉਹ ਰਹਿੰਦੇ ਆ। ਜਦੋਂ ਕੋਈ ਮੁਕਾਮ 'ਤੇ ਪਹੁੰਚਦਾ ਉਦੋਂ ਬੜੇ ਮਿੱਤਰ ਬਣ ਜਾਂਦੇ ਆ, ਕਈ ਰੁੱਸ ਜਾਂਦੇ ਆ, ਕਈ ਸ਼ੋਹਰਤ ਨਾਲ ਜੁੜੇ ਹੁੰਦੇ ਆ। ਉਹ ਜਿਹੜੇ ਮੇਰੇ ਸੱਜਣ ਆ ਉਹ ਅੱਜ ਵੀ ਨਾਲ ਨੇ ਮੇਰੇ, ਅੱਜ ਵੀ ਮੇਰਾ ਖਿਆਲ ਆ ਵੀ ਹੁਣ ਤਾਂ ਉਹਨਾਂ ਦੇ ਵਿਆਹ ਵੇਲੇ ਤਾਂ ਅਸੀਂ ਪੜ੍ਹਦੇ ਹੁੰਦੇ ਸੀ, ਉਹਨੇ ਬੱਚਿਆਂ ਦੇ ਵਿਆਹ ਕਰਨ ਲੱਗ ਗਏ, ਉਹ ਉਹਨਾਂ ਤੋਂ ਜ਼ਿਆਦਾ ਨਿੱਕਾ ਹੁੰਦਾ ਥੋੜ੍ਹਾ ਜਿਹਾ। ਅੱਜ ਵੀ ਹਰ ਦੁੱਖ ਸੁੱਖ 'ਚ ਅਸੀਂ ਸ਼ਰੀਕ ਹੁੰਦੇ ਹਾਂ, ਉਵੇਂ ਜਿਵੇਂ ਪਹਿਲਾਂ ਇੱਕ ਦੂਜੇ ਦੇ ਘਰ ਰਾਤਾਂ ਗੁਜ਼ਾਰਦੇ ਸੀ, ਹੁਣ ਵੀ ਇੱਦਾਂ ਗੁਜ਼ਾਰਦੇ ਹਾਂ, ਉਹ ਵੀ ਬਚਪਨ ਅੱਜ ਵੀ ਤਾਜ਼ਾ ਕਰੀਦਾ। ਗਾਇਕੀ ਦੀ ਸ਼ੁਰੂਆਤ ਬਾਰੇ ਥੋੜ੍ਹਾ ਜਿਹਾ ਦੱਸੋ ਵੀ ਜਦੋਂ ਤੁਸੀਂ ਗਾਇਕੀ ਦੀ ਸ਼ੁਰੂਆਤ ਕੀਤੀ ਸੀਗੀ, ਪਹਿਲੀ ਟੇਪ ਦਾ ਸਬੱਬ ਕਿਵੇਂ ਬਣਿਆ, ਔਰ ਕਿਵੇਂ ਇਸ ਲਾਈਨ ਦਾ ਮਤਲਬ ਗਾਇਕੀ ਦਾ ਜਿਹੜਾ ਸ਼ੌਂਕ ਉਹ ਕਿਵੇਂ ਪੈਦਾ ਹੋਇਆ? ਨਹੀਂ, ਸ਼ੌਂਕ ਤਾਂ ਮੈਨੂੰ ਬਚਪਨ ਤੋਂ ਸੀਗਾ, ਬਚਪਨ 'ਚ ਹੀ ਤੋਤਲੀ ਆਵਾਜ਼ 'ਚ ਹੀ ਗਾਉਣ ਲੱਗ ਗਿਆ ਸੀ। ਫਿਰ ਪੰਜਵੀਂ ਕਲਾਸ ਦੇ ਵਿੱਚ 15 ਅਗਸਤ ਵਾਲੇ ਦਿਨ ਸਕੂਲ ਦੇ ਵਿੱਚੋਂ ਪਹਿਲਾਂ ਚੁਣਿਆ ਉਹਨਾਂ ਨੇ, ਫਿਰ ਬਲਾਕ ਲੈਵਲ ਦੇ ਕੰਪੀਟੀਸ਼ਨ ਹੋਏ, ਉਸ ਟਾਈਮ ਫਿਰ ਗੀਤ ਗਾਇਆ, ਪਹਿਲੀ ਵਾਰ ਸਟੇਜ 'ਤੇ ਗੀਤ ਗਾਇਆ, ਪਹਿਲੀ ਵਾਰੀ ਫਸਟ ਪੋਜੀਸ਼ਨ ਲਿੱਤੀ। ਘਰ ਵੀ ਸ਼ੌਂਕ ਸੀਗਾ, ਇੱਕ ਪਾਪਾ ਜੀ ਨੂੰ ਜਿੱਥੇ ਸਪੋਰਟਸ ਦਾ ਸ਼ੌਂਕ ਸੀ ਵੀ ਸਪੋਰਟਸਮੈਨ ਵਧੀਆ ਬਣੇ, ਉੱਥੇ ਇੱਧਰ ਵੀ ਨਾਲ ਨਾਲ ਉਹਨਾਂ ਨੇ ਸਹਿਯੋਗ ਦਿੱਤਾ। ਐਂ ਕਰਦੇ ਕਰਾਉਂਦੇ 9ਵੀਂ 10ਵੀਂ ਦੇ ਵਿੱਚ ਪਹੁੰਚੇ, ਜਦੋਂ ਉਦੋਂ ਸਬੱਬ ਮਿਲਿਆ ਗੁਰਬਖਸ਼ ਸਿੰਘ ਅਲਵੇਲਾ ਜੀ ਨਾਲ, ਨਛੱਤਰ ਛੱਤਾ ਜੀ, ਉਹਨਾਂ ਦੀ ਜੋੜੀ ਹੁੰਦੀ ਸੀਗੀ, ਅਤੇ ਉਹਨਾਂ ਨੇ ਟੇਪ ਕੀਤੀ ਸੀ ਮੰਦੜੇ ਬੋਲਣਾ ਬੋਲ ਵੀ ਸੱਜਣਾ। ਉਹ ਟੇਪ ਦੇ ਵਿੱਚ ਮੇਰੇ 2 ਗੀਤ ਰਿਕਾਰਡ ਹੋਏ ਸੀ, ਇੰਦਰ ਲੋਕ ਸਟੂਡੀਓ ਜਿਹੜਾ ਹੁਣ ਲੁਧਿਆਣੇ ਇਹਨਾਂ ਦੀ ਕੰਪਨੀ ਹੁੰਦੀ ਸੀ, ਉਸ ਟਾਈਮ ਉਹ ਗੀਤ 2 ਆਏ। ਜਦੋਂ ਆਉਣੇ ਸੀ ਗੀਤ ਉਦੋਂ ਮੈਂ ਮੇਰਾ ਖਿਆਲ ਆ ਵੀ +1 ਦੇ ਵਿੱਚ ਐਡਮਿਸ਼ਨ ਲੈ ਲਈ ਸੀਗੀ, ਅਤੇ ਉਹ ਮੈਂ ਦੱਸਿਆ ਕੋਈ ਮੰਨਣ ਨੂੰ ਤਿਆਰ ਨਹੀਂ ਸੀ ਵੀ ਮੇਰੇ ਗੀਤ ਹੈ। ਹਾਂ, ਪਹਿਲੇ ਜਦੋਂ ਪਹਿਲਾਂ ਅਲਾਟ ਸੀ ਉਹਦੇ ਫੋਟੋ ਵੀ ਲਾਈ ਸੀ, ਫਿਰ ਤਾਂ ਜਮੀ ਨਹੀਂ ਮੰਨਦੇ ਸੀ, ਬਾਅਦ 'ਚ ਫੋਟੋ ਫਾਟੋ ਲਾਈ ਫਿਰ ਕਹਿੰਦੇ ਵੀ ਵਾਕਈ ਯਾਰ ਹੈਗਾ ਗਾਉਂਦਾ ਮੁੰਡਾ। ਹਾਂ, ਫਿਰ ਇਹ ਤੋਂ ਬਾਅਦ ਬੀ ਏ ਪਾਰਟ 1 ਦੇ ਵਿੱਚ 76 ਨਾਲ 5 ਗੀਤ ਮੇਰੇ 3 ਉਹਦੇ ਕਰਨਾ ਛੱਡਦੇ ਪਿਆਰ। ਫਿਰ ਇਹ ਤੋਂ ਬਾਅਦ ਪ੍ਰੋਪਰ ਟੇਪ ਆਈ ਦਿਨ ਪੇਪਰਾਂ ਦੇ,
ਸੋ ਦਿਨ ਪੇਪਰਾਂ ਦੇ ਟੇਪ ਆਉਣ ਤੋਂ ਪਹਿਲਾਂ ਜਿਹੜੇ ਤੁਹਾਡੀਆਂ ਦੋ ਟੇਪਾਂ ਦੇ ਵਿੱਚ ਤੁਹਾਡੀ ਆਵਾਜ਼ ਆ ਜਿਹੜੀ ਰਿਕਾਰਡ ਹੋ ਗਈ ਸੀਗੀ ਦਿਨ ਪੇਪਰਾਂ ਤੋਂ ਬਾਅਦ ਉਸ ਤੋਂ ਬਾਅਦ ਚੱਲ ਜੇ ਆਪਾਂ ਉਸ ਟਾਈਮ ਨੂੰ ਅੱਜ ਦੀ ਗਾਇਕੀ ਦੇ ਟਾਈਮ ਦੇ ਨਾਲ ਜੇ ਆਪਾਂ ਰਿਲੇਟ ਕਰੀਏ ਤਾਂ ਅੱਜ ਜਿਹੜੇ ਸਿੰਗਰ ਇੱਕ ਸੋਲੋ ਟਰੈਕ ਤੱਕ ਸੀਮਤ ਹੋ ਕੇ ਰਹਿ ਗਿਆ ਹਨਾ ਪਰ ਉਦੋਂ ਟੇਪ ਆਉਂਦੀ ਸੀ ਅੱਠ ਅੱਠ ਦਸ ਦਸ ਗੀਤ ਹੁੰਦੇ ਸੀ ਹਰ ਤਰ੍ਹਾਂ ਦਾ ਹਰ ਰੰਗ ਦਾ ਜਿਹੜਾ ਗੀਤ ਆ ਟੇਪ ਦੇ ਵਿੱਚ ਆਉਂਦਾ ਹੁੰਦਾ ਸੀ ਜ਼ਿਆਦਾ ਜਿਹੜਾ ਗਾਣਾ ਰਿਲੀਜ਼ ਕਰਕੇ ਉਦੋਂ ਸਵਾਦ ਆਉਂਦਾ ਹੁੰਦਾ ਸੀ ਕਿ ਅੱਜ ਆਉਂਦਾ ਹੁਣ ਬਣ ਗਿਆ ਕੰਪਿਊਟਰੀ ਕਲਾਕਾਰ ਕੰਪਿਊਟਰ ਦੇ ਨਾਲ ਸੁਰ ਚ ਤਾਲ ਚ ਕਰ ਦਿੰਦੇ ਆ ਉਦੋਂ ਜਦੋਂ ਪਹਿਲਾਂ ਟੂ ਟਰੈਕ ਰਿਕਾਰਡਿੰਗ ਕਰਾਈ ਸੀ ਅਸੀਂ ਟੂ ਟਰੈਕ ਰਿਕਾਰਡਿੰਗ ਇੰਨੀ ਔਖੀ ਹੁੰਦੀ ਸੀ ਵੀ ਸਾਰਾ ਗਰੁੱਪ ਮਜੀਸ਼ੀਅਨ ਅੱਡ ਅੱਡ ਕਮਰਿਆਂ ਦੇ ਵਿੱਚ ਬੈਠ ਕੇ ਸਟੂਡੀਓ ਦੇ ਵਿੱਚ ਲਗਾਤਾਰ ਗਾਉਣਾ ਪੈਂਦਾ ਜੇ ਇੱਕ ਵੀ ਕਿਸੇ ਦੀ ਗਲਤੀ ਹੋ ਜਾਂਦੀ ਢੋਲਕ ਦੀ ਤਬਲੇ ਦੀ ਮੈਡੋਲੀਨ ਦੀ ਹਾਰਮੋਨੀ ਦੀ ਜਾਂ ਸਿੰਗਰ ਦੀ ਉਹ ਰਿਪੀਟ ਕਰਕੇ ਫਿਰ ਗਾਉਣਾ ਪੈਂਦਾ ਸੀ ਇੱਦਾਂ ਨਹੀਂ ਵੀ ਇੱਕ ਪਾਸੇ ਅੱਜ ਕੱਲ੍ਹ ਉੱਧਰ ਤਾਂ ਫੋਨ 'ਤੇ ਗਾਣਾ ਲਿਖ ਰਹੇ ਹੁੰਦੇ ਵੀ ਯਾਰ ਹਾਂਜੀ ਦੱਸੋ ਜੀ ਮੈਂ ਅਗਲਾ ਲਾਈਨਾਂ ਡੱਬ ਕਰਨੀ ਆ ਉਦੋਂ ਛੇ ਛੇ ਮਹੀਨੇ ਰਿਆਜ਼ ਕਰਕੇ ਮਿਹਨਤ ਕਰਕੇ ਮੂੰਹ ਜਵਾਨੀ ਗੀਤ ਯਾਦ ਕਰਕੇ ਫਿਰ ਉੱਥੇ ਰਿਕਾਰਡਿੰਗ ਹੁੰਦੀ ਸੀ ਰਿਕਾਰਡਿੰਗ ਵਾਲੇ ਨੂੰ ਟਾਈਮ ਲੈਣਾ ਪੈਂਦਾ ਸੀ ਚਾਹ ਚੜ੍ਹ ਜਾਂਦੀ ਵੀ ਆਪਾਂ ਨੂੰ ਡੇਟ ਮਿਲ ਗਈ ਆ ਸਟੂਡੀਓ ਘੱਟ ਹੁੰਦੇ ਸੀ ਫਿਰ ਉਹਦੀ ਜਿਹੜੀ ਅੱਜ ਤੁਸੀਂ ਦੇਖੋ ਮਾਨਕ ਸਾਹਿਬ ਸਦੀਕ ਸਾਹਿਬ ਇਹਨਾਂ ਦੇ ਪੁਰਾਣੇ ਜਿਹੜੇ ਰਿਕਾਰਡ ਨੇ ਤਵੇ ਯੁੱਗ ਦੇ ਉਹ ਅੱਜ ਵੀ ਚੰਗੇ ਲੱਗਦੇ ਕਿੰਨੇ ਵਧੀਆ ਲੱਗਦੇ ਜਿੰਨੇ ਵਾਰ ਮਰਜ਼ੀ ਸੁਣ ਲਓ ਕਿਉਂਕਿ ਉਹ ਪ੍ਰਪੱਕ ਕਲਾਕਾਰ ਸਨ ਤਿਆਰੀ ਕਰਕੇ ਜਾਂਦੇ ਸੀ ਹੁਣ ਤਾਂ ਗੀਤ ਸੰਬੰਧੀ ਇੱਦਾਂ ਦਾ ਸਟੂਡੀਓ 'ਚ ਬੰਦਾ ਪੜ੍ਹ ਕੇ ਗਾਈ ਜਾਂਦਾ ਘਰ ਯਾਦ ਨਹੀਂ ਹੁੰਦਾ ਉਹ ਆਤਮਾ 'ਚੋਂ ਨਹੀਂ ਗਾਉਂਦਾ ਚਲੋ ਆਪੇ ਵੀ ਆਵਾਜ਼ ਕੰਪਿਊਟਰ ਬਣਾ ਦੂ ਵਧੀਆ ਕਿਉਂਕਿ ਅੱਜ ਕੱਲ੍ਹ ਗਾਉਣ ਦੇ ਨਾਲ ਉਹ ਮਿਊਜ਼ਿਕ ਭਾਰੂ ਹੋ ਗਿਆ ਕਈ ਇੱਦਾਂ ਦੇ ਗਾਣੇ ਆ ਉਹਨਾਂ ਦੀ ਸ਼ਬਦਾਵਲੀ ਨਹੀਂ ਵਧੀਆ ਗਾਉਣ ਵਾਲਾ ਨਹੀਂ ਵਧੀਆ ਉਹਦਾ ਠਾ ਠਾ ਬੀਟ ਵੱਜਦੇ ਉਹਦੇ ਨੱਚੀ ਜਾਂਦੇ ਆ ਉਦੋਂ ਰਿਆਜ਼ ਕਰਕੇ ਤਿਆਰੀ ਕਰਕੇ ਜਾਂਦੇ ਸੀ ਹੁਣ ਤਾਂ ਬਹੁਤ ਫਰਕ ਪੈ ਗਿਆ ਪੰਜਾਬ ਦੇ ਵਿੱਚ ਪੰਜਾਬੀ ਗਾਣਿਆਂ ਦਾ ਜਿਹੜਾ ਉਹ ਅਕਸ ਨਹੀਂ ਰਿਹਾ ਜਿਹੜਾ ਪਹਿਲਾਂ ਹੁੰਦਾ ਸੀ ਜੇ ਆਪਾਂ ਪ੍ਰੋਗਰਾਮਾਂ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਤੁਸੀਂ ਪੰਜਾਬ ਦੇ ਉਹ ਕਲਾਕਾਰ ਹੋ ਜਿਹਨੇ ਸਭ ਤੋਂ ਵੱਧ ਪ੍ਰੋਗਰਾਮ ਲਾਏ ਹੋਣਗੇ ਅੱਜ ਦੇ ਪਿਛਲੇ ਸਮੇਂ 10-12-15 ਸਾਲਾਂ ਦੇ ਵਿੱਚ ਆਪਾਂ ਦੇਖੀਏ ਤਾਂ ਡੇਲੀ ਪ੍ਰੋਗਰਾਮ ਡੇਲੀ ਦੇ ਦੋ ਵੀ ਪ੍ਰੋਗਰਾਮ 30 ਦਿਨਾਂ 'ਚ 40 ਪ੍ਰੋਗਰਾਮ 40 ਪ੍ਰੋਗਰਾਮ ਫਰਵਰੀ ਦੇ 28 ਦਿਨਾਂ 'ਚ ਪਰ ਅੱਜ ਆਪਾਂ ਦੇਖੀਏ ਤਾਂ ਉਹ ਪ੍ਰੋਗਰਾਮ ਉਹ ਗਿਣਤੀ ਆ ਜਿਹੜੀ ਘੱਟ ਗਈ ਹੈ ਨਾ ਇਹਦਾ ਕੀ ਕਾਰਨ ਇੱਕ ਤਾਂ ਭੰਗੜੇ ਵਾਲੇ ਪਿੱਛੇ ਜਿਹਾ ਜਿਹੜਾ ਡੀਜੇ ਕਲਚਰ ਚੱਲਿਆ ਉਸ ਤੋਂ ਬਾਅਦ ਹੁਣ ਜਿਹੜਾ ਨਵੇਂ ਕਲਾਕਾਰ ਜ਼ਿਆਦਾ ਆ ਗਏ ਹੈ ਨਾ ਕੀ ਕਾਰਨ ਆ ਕਲਾਕਾਰਾਂ ਦੇ ਪ੍ਰੋਗਰਾਮ ਓਨੇ ਕਿਉਂ ਨਹੀਂ ਲੱਗਦੇ ਜਿੰਨੇ ਕਲਾਕਾਰਾਂ ਦੇ ਪ੍ਰੋਗਰਾਮ ਇਹ ਆ ਜੀ ਇੱਕ ਤਾਂ ਮਨੋਰੰਜਨ ਦੇ ਸਾਧਨ ਇੱਦਾਂ ਦੇ ਹੋ ਗਏ ਆ ਅਗਲੇ ਨੇ ਡੀਜੇ 'ਤੇ ਨੱਚਣਾ ਕਲਾਕਾਰ ਨੱਚਾ ਦੇ ਜਾਂ ਡੀਜੇ 'ਤੇ ਨੱਚ ਲਏ ਦੂਜੀ ਗੱਲ ਅੱਗੇ ਸਰੋਤੇ ਸੀਗੇ ਉਹਨਾਂ ਨੂੰ ਗੱਲ ਉੱਥੇ ਫੇਰ ਆਉਂਦੀ ਆ ਉਹ ਕੈਸਟ 'ਤੇ ਸੁਣਦੇ ਸੀ ਦਿਸਦੇ ਨਹੀਂ ਸੀ ਕਲਾਕਾਰ ਜਲੰਧਰ ਦੂਰਦਰਸ਼ਨ 'ਤੇ ਇੱਕ ਗੀਤ ਗਾਉਂਦੇ 4 ਮਹੀਨੇ 6 ਮਹੀਨੇ ਬਾਅਦ ਵਾਰੀ ਆਉਂਦੀ ਸੀ ਕਈ ਵਾਰੀ ਗਾਏ ਨਹੀਂ ਉਹ ਕੀ ਸੀਗਾ ਅਗਲਾ ਕਹਿੰਦਾ ਆਹ ਫੋਟੋ ਦੇਖ ਲਈ ਕੈਸਟ 'ਤੇ ਲੱਗੀ ਆਪਾਂ ਦੇਖੀਏ ਯਾਰ ਕਲਾਕਾਰ ਕਿਹੋ ਜਿਹਾ ਇਕੱਠ ਵੀ ਹੁੰਦਾ ਸੀ ਲੈ ਕੇ ਵੀ ਜਾਂਦੇ ਸੀ ਹੁਣ ਗਾਣੇ ਹੀ ਆਪਾਂ ਇੰਨੇ ਦੇ 'ਤੇ ਘਰ 'ਚ ਵੱਜੀ ਜਾਂਦੇ ਅਗਲਾ ਉਹ ਕਹਿੰਦਾ ਵੀ ਇੱਕ ਨੂੰ ਇੱਕ ਕਲਾਕਾਰਾਂ ਨੂੰ ਕੀ ਲੈਣਾ ਡੀ ਜੇ ਲਿਆਓ ਯਾਰ ਸਾਰਿਆਂ ਨੂੰ ਸੁਣ ਲਾਂਗੇ ਸੈਕਿੰਡ ਗੱਲ ਕਲਾਕਾਰਾਂ ਦੇ ਰੇਟ ਹੀ ਇੰਨੇ ਆ 2 ਘੰਟੇ ਦਾ 10 ਲੱਖ ਰੁਪਈਆ 12 ਲੱਖ ਰੁਪਈਆ 8 ਲੱਖ ਰੁਪਈਆ ਹਰ ਬੰਦਾ ਅਫੋਰਡ ਨਹੀਂ ਕਰਦਾ ਅਫੋਰਡ ਤਾਂ ਉਹੀ ਕਰੂਗਾ ਜਿਹਦੇ ਵਾਧੂ ਕਮਾਇਆ ਜਾਂਦਾ 2 ਨੰਬਰ 'ਚ ਕਮਾਇਆ ਜਾਂ ਰਾਜੇ ਮਹਾਰਾਜੇ ਜਾਂ ਬਾਹਲੇ ਵੱਡੇ ਸਰਦਾਰ ਆ ਫਰਕ ਪੈ ਗਿਆ ਇਹ ਲੋਕ ਗਾਇਕ ਲੋਕਾਂ ਤੋਂ ਦੂਰ ਹੋ ਗਏ ਕਿਆ ਬਾਤ ਹੈ ਲੋਕ ਗਾਇਕ ਲੋਕਾਂ ਤੋਂ ਦੂਰ ਹੋ ਗਏ ਲੋਕਾਂ ਦੇ ਬਣਾਏ ਹੋਏ ਗਾਇਕ ਅੱਜ ਲੋਕਾਂ ਤੋਂ ਦੂਰ ਹੁੰਦੇ ਜਾਂਦੇ ਆ ਜੇ ਆਪਾਂ ਗੱਲ ਕਰੀਏ ਅੱਜ ਕੱਲ੍ਹ ਜੋ ਸਮਾਜ ਦੇ ਵਿੱਚ ਹੋ ਰਿਹਾ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿਸਾਨੀ ਦੀ ਗੱਲ ਹੈ ਨਾ ਜੇ ਉਹ ਨਹੀਂ ਚੱਲਦਾ ਤਾਂ ਉਹਦੇ ਨਾਲ ਸਾਰੇ ਕਾਰੋਬਾਰ ਆ ਜਿਹੜੇ ਫੇਲ ਹੋ ਜਾਂਦੇ ਆ ਇਸੇ ਤਰ੍ਹਾਂ ਅੱਜ ਸਮਾਜ ਦੇ ਵਿੱਚ ਨਾ ਕਈ ਅਜਿਹੀਆਂ ਕੁਰੀਤੀਆਂ ਆਈਆਂ ਹੋਈਆਂ ਨੇ ਕੁੜੀਆਂ ਦੀ ਛੇੜਛਾੜ ਹੁੰਦੀ ਆ ਮੁੰਡੇ ਲਲਕਾਰੇ ਮਾਰਦੇ ਆ ਦਾਰੂ ਪੀਂਦੇ ਆ ਨਸ਼ੇ ਕਰਦੇ ਆ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਪੰਜਾਬੀ ਗਾਇਕਾਂ ਦੇ ਜਿਹੜੇ ਗੀਤ ਆ ਅੱਜ ਕੱਲ੍ਹ ਚੱਲਦੇ ਆ ਉਹ ਇਸ ਚੀਜ਼ ਦੇ ਜ਼ਿੰਮੇਵਾਰ ਨੇ ਜਾਂ ਪੰਜਾਬੀ ਗਾਇਕ ਜੋ ਸੋਚ ਲੈ ਕੇ ਆਉਂਦੇ ਆ ਜਾਂ ਜ਼ਿੰਮੇਵਾਰ ਗਾਇਕ ਦੇ ਨਾਲ ਨਾਲ ਸਰੋਤੇ ਵੀ ਆ ਮੈਂ ਤੁਹਾਨੂੰ ਇਹੋ ਜਿਹੇ ਕਲਾਕਾਰ ਗਿਣਾ ਦਿੰਦਾ ਜਿਨ੍ਹਾਂ ਦੇ ਗਾਣੇ ਵੀ ਆਏ ਆ ਅਤੇ 10,000 ਵਿਊ ਨਹੀਂ ਟੱਪਿਆ ਕਿਉਂ ਨਹੀਂ ਟੱਪਿਆ ਵੀ ਜੇ ਉਹੀ ਕਲਾਕਾਰ ਗੰਦਾ ਗਾਣਾ ਗਾ ਦੇ ਜੀ ਮਿਲੀਅਨ ਜਾਣਗੇ ਨਾਲੇ ਵਿੱਚ ਗਾਲਾਂ ਕੱਢੀ ਜਾਣਗੇ ਨਾਲੇ ਸੁਣੀ ਜਾਣਗੇ ਉਹਨੂੰ ਐਡਾ ਵੱਡਾ ਸਟਾਰ ਬਣਾ ਦਿੰਦੇ ਆਪਾਂ ਲੋਕ ਚੱਜ ਦਾ ਗੀਤ ਗਾ ਦੇ ਕੋਈ ਕਿਰਸਾਨੀ 'ਤੇ ਗਾ ਦੇ ਕੋਈ ਬੇਰੁਜ਼ਗਾਰੀ 'ਤੇ ਗਾ ਦੇ ਕੋਈ ਭਰੂਣ ਹੱਤਿਆ 'ਤੇ ਗਾ ਦੇ ਜਿਹਨੂੰ ਕਹਦੇ ਕਲਾਕਾਰ ਨੂੰ ਬੁੱਕ ਕਰ ਲਾ ਛੱਡ ਜਾ ਰਿਹਾ ਧੀਆਂ ਭੈਣਾਂ ਦੇ ਗਾਣੇ ਗਾਉਣ ਵਾਲਾ ਜੇ ਧੀਆਂ ਭੈਣਾਂ ਦੇ ਗਾਣੇ ਗਾਉਣ ਵਾਲੇ ਨੂੰ ਆਪਾਂ ਸਟੇਜ 'ਤੇ ਵੀ ਲੈ ਕੇ ਜਾਂਦੇ ਜਿਹੜਾ ਬੰਦਾ ਲੱਕ ਮਿਣਦਾ ਭੈਣਾਂ ਦੇ ਫਿਰ ਉਹਨੂੰ ਲੈ ਕੇ ਜਾਂਦੇ ਅਤੇ ਉਹਦਾ ਅਗਲੀ ਵਾਰੀ ਡਬਲ ਮਿਲੂਗਾ ਉਹਨੂੰ ਦੇਖ ਕੇ 4 ਕਲਾਕਾਰ ਹੋਰ ਕਹਿਣਗੇ ਵੀ ਉਹਦੇ ਸਵਾਦ ਲਿਆਤਾ ਯਾਰ ਉਹਦਾ 10 ਲੱਖ ਰੁਪਈਆ ਲੈਣ ਲੱਗਾ ਪ੍ਰੋਗਰਾਮ ਦਾ ਅਤੇ ਉਹਦਾ ਮਾਤਾ ਪੁੱਤ ਸਟਾਰ ਬਣ ਗਿਆ ਅਤੇ ਆਪਾਂ ਪਿੱਛੇ ਕਿਉਂ ਘੱਟ ਰਹੇ ਆਪਾਂ ਨੂੰ ਗਾਲਾਂ ਕੱਢ ਲੈਣਗੇ ਫਿਰ ਕੀ ਹੋ ਜੂ ਪਾਲੀ ਦੇਤ ਵਾਲੀ ਵਰਗੇ ਅੱਜ ਵਿਹਲੇ ਬੈਠੇ ਹਾਂ ਮਾਫ ਕਰਦੇ ਆ ਛੇਤੀ ਛੇਤੀ ਚੱਕਦੇ ਵੀ ਬਹੁਤ ਆਪਾਂ ਜਦੋਂ ਚੱਕਣ 'ਤੇ ਆਏ ਤਾਂ ਬਹੁਤ ਵੱਡਾ ਹੀਰੋ ਆ ਸੁੱਟਣ 'ਤੇ ਆਏ ਤਾਂ ਮਿੰਟ 'ਚ ਉਹਦੀ ਰੇਲ ਬਣਾ ਦਿੰਦੇ ਹਾਂ ਫਿਰ ਰੇਲ ਬਣਾ ਕੇ ਧਰਨੇ ਲਾ ਲਾ ਅਗਲੇ 12 ਮੂਹਰੇ
ਵੀ ਇਹ ਕਲਾਕਾਰ ਬਹੁਤ ਗੰਦੇ ਗਾਣੇ ਗਾਉਂਦੇ ਆ, ਬਹੁਤ ਬਹੁਤ ਧਰਨੇ ਲਾਉਣੇ, ਫਿਰ ਹੀਰੋ ਬਣਾ ਦਿੰਦੇ ਉਹਨੂੰ, ਫਿਰ ਆਪਾਂ ਫਿਰ ਮਾਫ਼ ਕਰ ਦਿੰਦੇ, ਇੱਕ ਅੱਧਾ ਗੀਤ ਵਧੀਆ ਕੱਢ ਦਿੰਦਾ ਉਹ, ਇੱਕ ਅੱਧਾ ਵਧੀਆ ਕੱਢ ਕੇ ਲੋਕ ਮਾਫ਼ ਕਰ ਦਿੰਦੇ ਉਹਨੂੰ। ਤਾਂ ਤੁਹਾਡੇ ਕਹਿਣ ਦਾ ਭਾਵ ਆ ਕਲਾਕਾਰਾਂ ਦੇ ਨਾਲ ਨਾਲ ਜਿਹੜੇ ਸਰੋਤਾ ਵਰਗ ਉਹਨਾਂ ਦਾ ਵੀ ਉਨਾ ਹੀ ਕਸੂਰ ਆ ਜਿਹੜਾ ਸਰੋਤਾ ਤਾਂ ਸਵਾਦ ਲੈਂਦਾ। ਬਿਲਕੁਲ, ਜੇ ਉਹੀ ਗੀਤ ਦੀਆਂ ਹੁਣ ਦੋ ਲਾਈਨਾਂ ਹੋ ਜਾਣ ਤਾਂ ਕਿ ਬਾਹਰ ਵੱਸਦੇ ਹੋਏ ਪੰਜਾਬੀ ਸਾਡੇ ਵਿਊਅਰ ਜਿਹੜੇ ਬਾਹਰ ਜ਼ਿਆਦਾ ਵਾ ਉਹਨਾਂ ਨੂੰ ਪਤਾ ਲੱਗੇ ਵੀ ਇਸ ਤਰ੍ਹਾਂ ਦੀ ਸੋਚ ਵਾਲੇ ਕਲਾਕਾਰ ਅੱਜ ਵੀ ਜਿਉਂਦੇ ਨੇ, ਅੱਜ ਵੀ ਇਸ ਤਰ੍ਹਾਂ ਦੇ ਗੀਤ ਬਣਦੇ ਨੇ। ਮਾਈ ਤੇਰਾ ਪੁੱਤ ਲਾਡਲਾ ਜਿਹਦੇ ਦੋ ਮਾਈ ਤੇਰਾ ਪੁੱਤ ਲਾਡਲਾ ਬਹੁਤ ਪਿਆਰ ਕੀਤਾ ਮੈਂ, ਹੁਣ ਗੀਤ ਥੋੜ੍ਹਾ ਜਿਹਾ ਬਣਾਇਆ ਖੇਤੀ ਦੇ ਪਿੱਛੇ ਜੇ ਹਾਲਾਤ ਮਾੜੇ ਹੋ ਗਏ ਸੀ, ਨਰਮੇ ਦੇ ਚੂੜੀ ਦੇ ਨਾਲ ਨਰਮਾ ਤਬਾਹ ਹੋ ਗਿਆ, ਝੋਨਾ ਨਹੀਂ ਵਿਕ ਰਿਹਾ, ਬਣਾਈਆਂ ਲੈਣਾ ਸੀ ਹਾੜੀ ਮਗਰੋਂ ਸੋਹਣੀ ਵੇਚੀ ਓਏ ਸੋਹਣੀ ਮਗਰੋਂ ਹਾੜੀ ਓ ਜੁਗਾ ਜੁਗਾ ਤੋਂ ਜੱਟ ਦੇ ਪੱਲੇ ਇਹੋ ਕਹੀ ਕਹਾੜੀ ਹਾੜੀ ਵੇਚੀ ਸੋਹਣੀ ਮਗਰੋਂ ਹਾੜੀ ਜੁਗਾ ਜੁਗਾ ਤੋਂ ਜੱਟ ਦੇ ਪੱਲੇ ਇਹੋ ਕਹੀ ਕਹਾੜੀ ਕਰ ਮਿਹਨਤ ਫਸਲਾ ਕਰ ਪੈਦਾ ਢਿੱਡ ਸਾਰੇ ਜੱਗ ਦਾ ਭਰ ਜਾਂਦਾ ਉਹ ਜੱਟ ਜ਼ਮੀਨਾ ਹੋ ਜੱਟ ਜ਼ਮੀਨਾ ਵਾਲਾ ਕਿਉਂ ਹਰ ਵਾਰੀ ਵਾਰੀ ਹਰ ਜਾਂਦਾ ਜੱਟ ਜ਼ਮੀਨਾ ਵਾਲਾ। ਕਿਆ ਬਾਤ ਹੈ, ਕਿਆ ਬਾਤ ਹੈ, ਲੋੜ ਹੈ ਮੇਰੇ ਖਿਆਲ ਅੱਜ ਦੇ ਕਲਾਕਾਰਾਂ ਨੂੰ ਇਸ ਤਰ੍ਹਾਂ ਦੀ ਸੋਚ ਅਪਣਾਉਣ ਦੀ, ਤਾਂ ਕਿ ਪੰਜਾਬ ਦੀ ਜਿਹੜੀ ਜਿਹਨੂੰ ਆਪਾਂ ਕਹਿੰਦੇ ਤਰੱਕੀ ਦੇ ਰਾਹ 'ਤੇ ਅਸਲ ਦੇ ਵਿੱਚ ਉਹ ਤਰੱਕੀ ਦੇ ਰਾਹ 'ਤੇ ਜੇ ਕਲਾਕਾਰ ਗਾਉਣਗੇ ਅਤੇ ਸਰੋਤੇ ਬਸ ਰੱਜ ਕੇ ਪਿਆਰ ਦੇਣ, ਸਾਰਾ ਪੰਜਾਬ ਵਧੀਆ ਗਾਉਣ ਲੱਗ ਜੂ, ਮੈਂ ਵਾਅਦਾ ਕਰਦਾ। ਬਿਲਕੁਲ ਬਿਲਕੁਲ, ਜੇ ਚੰਗੇ ਗੀਤਾਂ ਨੂੰ ਤਰਜੀਹ ਦੇਣਗੇ ਨਵੇਂ ਮੁੰਡੇ ਕਹਿਣਗੇ ਉਹਨਾਂ ਦੇ ਗਾਣੇ ਕਿੰਨੇ ਹਿੱਟ ਹੋ ਗਏ, ਕਿਰਸਾਨੀ 'ਤੇ ਹੋ ਗਏ, ਹੈ ਜੀ ਭਰੂਣ ਹੱਤਿਆ 'ਤੇ ਹੋ ਗਏ, ਨਵੇਂ ਉੱਧਰ ਨਵੇਂ ਤਾਂ ਇਹ ਤੁਰਦੇ ਨੇ, ਮਗਰ ਜੇ ਕਦੇ ਜਿੱਦਾਂ ਦਾ ਗਾਦਾ ਉੱਧਰ ਦੇ ਆਈ ਜਾਣਗੇ। ਹੁਣ ਦੇਖੋ ਕੁੜਤੇ ਪਜਾਮੇ ਦੇ ਗਾਣੇ ਆਈ ਜਾਂਦੇ ਆ ਬ੍ਰਾਂਡਾਂ ਦੇ, ਹਾਂ ਤੂੰ ਫਲਾਣਾ ਬ੍ਰਾਂਡ ਪਾ ਲੈ, ਪਿੰਡ ਦਾ ਦੁਪੱਟਾ ਬਣਦਾ, ਮੈਂ ਛਾਤਰਾ ਪਾਉਣਾ ਫਲਾਣਾ ਧੋਕਾ, ਹੈ ਜੀ ਇੱਕ ਗੀਤ ਹਿੱਟ ਹੋ ਜਾਂਦਾ ਤਾਂ ਫਿਰ ਸਾਰੇ ਉਸ ਜੇ ਇੱਦਾਂ ਦੇ ਹਿੱਟ ਹੋਣਗੇ ਤਾਂ ਗਾਉਣਗੇ ਪੱਕਾ, ਗਾਉਣਗੇ ਗਾਉਣਗੇ। ਸੋ ਬਾਈ ਤੁਹਾਡੇ ਨਾਲ ਗੱਲਬਾਤ ਬਹੁਤ ਵਧੀਆ ਹੋ ਰਹੀ, ਇਸੇ ਤਰ੍ਹਾਂ ਆਪਣੀ ਗੱਲਬਾਤ ਹੋਰ ਵੀ ਬੜੀਆਂ ਬੜੇ ਵਿਚਾਰ ਤੁਹਾਡੇ ਨਾਲ ਕਰਨੇ ਨੇ, ਕਿਉਂਕਿ ਤੁਹਾਡਾ ਵੀ ਦਿਲ ਭਰਿਆ ਪਿਆ ਅਤੇ ਸਾਡਾ ਵੀ ਇੱਦਾਂ ਬਾਹਰ ਜਿਹੜੇ ਬਾਹਰਲੇ ਵੱਸਦੇ ਹੋਏ ਪੰਜਾਬੀ ਹੈ ਨਾ ਉਹ ਜ਼ਿਆਦਾਤਰ ਸੱਭਿਆਚਾਰ ਗੀਤਾਂ ਨੂੰ ਪਸੰਦ ਕਰਦੇ ਨੇ, ਇਸ ਕਰਕੇ ਤੁਹਾਡੀ ਜਿਹੜੀ ਸੋਚ ਆ ਬਹੁਤ ਵਧੀਆ। ਸੋ ਉਮੀਦ ਕਰਦੇ ਇਸੇ ਤਰ੍ਹਾਂ ਦੀ ਸੋਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਬਰਕਰਾਰ ਰੱਖੋਗੇ। ਸੋ ਦਰਸ਼ਕੋ ਰੂਬਰੂ ਪ੍ਰੋਗਰਾਮ ਇਸੇ ਤਰ੍ਹਾਂ ਰਹੂਗਾ ਜਾਰੀ, ਬਾਈ ਹੁਣਾਂ ਨਾਲ ਹੋਰ ਵੀ ਕਾਫੀ ਗੱਲਾਂ ਬਾਤਾਂ ਫਿਲਮਾਂ ਬਾਰੇ ਗੱਲਬਾਤ, ਕਿਉਂਕਿ ਪੰਜਾਬੀ ਗਾਇਕ ਆ ਜਦੋਂ ਪਹਿਲਾਂ ਗਾਇਕ ਬਣਦਾ ਸੀ ਉਹਨੂੰ ਇੱਕ ਸ਼ੌਂਕ ਹੁੰਦਾ ਸੀ ਵੀ ਇੱਕ ਅੱਧੀ ਟੇਪ ਆ ਜੇ ਦੂਰਦਰਸ਼ਨ 'ਤੇ ਗੀਤ ਵੱਜੇ, ਫਿਰ ਉਹ ਹੌਲੀ ਹੌਲੀ ਸੋਚ ਚੇਂਜ ਹੋਈ, ਉਹਨੂੰ ਹੁੰਦਾ ਵੀ ਇੱਕ ਅੱਧੀ CD ਆ ਜੇ, ਉਦੋਂ CD ਕਲਚਰ ਆ ਗਿਆ ਅਤੇ ਅੱਜ ਦਾ ਕਲਾਕਾਰ ਚਾਹੁੰਦਾ ਹੈ ਵੀ ਫਿਲਮਾਂ ਦੇ ਵਿੱਚ ਇੱਕ ਅੱਧੀ ਐਂਟਰੀ ਵੱਜੇ। ਸੋ ਇਸ ਬਾਰੇ ਵੀ ਗੱਲਬਾਤ ਬਾਈ ਨਾਲ ਕਰਾਂਗੇ, ਪਰ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਰੂਬਰੂ ਦੇ ਵਿੱਚ, ਤੁਸੀਂ ਬਣੇ ਰਹੋ ਗਲੋਬਲ ਪੰਜਾਬ TV ਨਾਲ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਰੂਬਰੂ ਦੇ ਵਿੱਚ, ਅਤੇ ਅੱਜ ਸਾਡੇ ਨਾਲ ਜੁੜੇ ਹੋਏ ਨੇ ਬਾਈ ਬਲਕਾਰ ਸਿੱਧੂ ਜੀ। ਬਾਈ ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ। ਸ਼ੁਕਰੀਆ ਜੀ। ਬਾਈ ਹੁਣ ਆਪਾਂ ਨਾ ਕਲਾਕਾਰਾਂ ਦਾ ਇੱਕ ਹੋਰ ਰੂਪ ਜਿਹੜਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਚੱਲ ਰਿਹਾ, ਕਲਾਕਾਰ ਫਿਲਮਾਂ ਦੇ ਪਿੱਛੇ ਭੱਜੇ ਆ, ਕੀ ਫਿਲਮਾਂ ਕਲਾਕਾਰਾਂ ਦੇ ਪਿੱਛੇ ਭੱਜੇ ਆ ਕਿ ਕਲਾਕਾਰ ਫਿਲਮਾਂ ਵੱਲ ਨੂੰ ਆਉਂਦੇ ਆ? ਨਹੀਂ ਨਹੀਂ, ਕਲਾਕਾਰ ਦਾ ਇਹ ਫਾਇਦਾ ਲੈ ਰਹੇ ਆ ਕਿਉਂਕਿ ਨਾਮ ਤਾਂ ਹੈਗਾ ਕਲਾਕਾਰ, ਜਦੋਂ ਗੀਤ ਹਿੱਟ ਹੁੰਦੇ ਆ ਉਹਦਾ ਨਾਮ ਆ, ਸੁਰੂ 'ਤੇ ਪਿਆਰ ਕਰਦੇ ਆ, ਦਿਲਾਂ 'ਚ ਵਸਿਆ ਪਿਆ ਪੰਜਾਬੀ ਕਲਾਕਾਰ, ਉਹ ਫਿਰ ਜਿਹੜਾ ਕਲਾਕਾਰ ਆ ਉਹ ਤਾਂ ਚਾਰ ਸਪੇਰੇ ਕਲਾਕਾਰ ਹੁੰਦਾ, ਐਕਟਿੰਗ ਵੀ ਕਰ ਸਕਦਾ, ਅਤੇ ਉਹਦੇ ਨਾਲ ਕੀ ਆ ਵੀ ਜੇ ਕੋਈ ਅੱਜ ਬੰਬੇ ਤੋਂ ਆ ਕੇ ਕੋਈ ਐਕਟਿੰਗ ਸਿੱਖ ਕੇ ਜਾਂ ਇਕੱਲਾ ਹੀ ਉਹ ਹੀਰੋ ਦੇ ਰੂਪ 'ਚ ਆਵੇ ਜਾਂ ਐਕਟਰ ਦੇ ਰੂਪ 'ਚ ਆਵੇ, ਉਹਨੂੰ ਪਛਾਣ ਬਣਾਉਣ ਲਈ ਬਹੁਤ ਟਾਈਮ ਲੱਗਦਾ, ਅਤੇ ਪੰਜਾਬੀ ਕਲਾਕਾਰ ਦੀ ਪਛਾਣ ਬਣੀ ਹੁੰਦੀ ਹੈ। ਕਲਾਕਾਰ ਨੂੰ ਕੀ ਫਾਇਦਾ ਨੁਕਸਾਨ ਹੁੰਦਾ ਫਿਲਮ ਦਾ? ਨਹੀਂ ਨੁਕਸਾਨ ਫਾਇਦਾ ਤਾਂ ਦੇਖੋ ਜੀ, ਜੇ ਫਿਲਮ ਚੱਲ ਗਈ ਤਾਂ ਫਾਇਦਾ, ਅਤੇ ਨੁਕਸਾਨ ਕੋਈ ਨਹੀਂ, ਨੁਕਸਾਨ ਇਹੀ ਆ ਵੀ ਜੇ ਫੇਲ ਹੋ ਜੇ ਫਿਲਮ ਉਹ ਐਂ ਜੇ ਹੁੰਦਾ ਜਿੱਦਾਂ ਤੇਰੀ ਫਿਲਮ ਚੱਲੀ ਨਹੀਂ, ਬਾਕੀ ਕੋਈ ਜਿਹੜਾ ਬੰਦਾ ਨਾਲ ਜਿਹੜੀ ਨਾਲ ਪ੍ਰੋਪਰ ਅਸਲ ਜਿਹੜਾ ਪੰਜਾਬੀ ਸਿੰਗਰ ਆ ਨਾ ਉਹ ਨਾਲ ਉਹਦੀ ਗਾਇਕੀ ਨੂੰ ਬਰਾਬਰ ਰੱਖੇ, ਕਿਤੇ ਫਿਲਮਾਂ ਵੱਲ ਜਾ ਕੇ ਕਿਤੇ ਜਿਹੜੇ ਜਿਹਨਾਂ ਨੇ ਲੋਕਾਂ ਨੇ ਜਿਹੜੇ ਕਬੂਲ ਕੀਤਾ ਉਹਦੇ ਗਾਣਿਆਂ ਨੂੰ, ਜਿਹਨਾਂ ਕਰਕੇ ਉਹਨੂੰ ਪਿਆਰ ਮਿਲਣ ਲੱਗਿਆ, ਉਹ ਤਾਂ ਦੂਰ ਨਾ ਹੋਵੇ। ਫਿਲਮਾਂ ਬਣਦੀਆਂ ਦਲਜੀਤ ਦਰਗਿਆ ਜਿੰਨੇ ਹਿੱਟ ਕਲਾ ਹੈਗੇ ਆ ਜਿਹੜੇ ਕੋਈ ਕਿਸੇ ਪਾਸੋਂ ਫੇਲ ਨਹੀਂ ਹੈ ਜੀ। ਸੋ ਤੁਹਾਡੇ ਕਹਿਣ ਦਾ ਭਾਵ ਆ ਵੀ ਕਲਾਕਾਰ ਨੂੰ ਫਿਲਮਾਂ ਕਰਨੀਆਂ ਚਾਹੀਦੀਆਂ ਜਿਵੇਂ ਵਧੀਆ ਵਧੀਆ ਵਿਸ਼ਾ ਹੋਵੇ। ਤੁਹਾਡੀ ਇੱਕ ਮੂਵੀ ਹੈ ਨਾ, ਕਾਫੀ ਟਾਈਮ ਹੋ ਗਿਆ ਰਿਲੀਜ਼ ਵੀ ਹੋਈ ਆ, ਰਿਕਾਰਡ ਹੋਈ ਪਈ ਹੈ ਨਾ, ਸਾਰੀ ਸ਼ੂਟ ਹੋਈ ਪਈ ਆ ਪਰ ਰਿਲੀਜ਼ ਨਹੀਂ ਹੋਈ, ਸੈਂਸਰ ਵੀ ਹੋ ਗਈ ਹੈ ਸਭ ਕੁਝ। ਤੇ ਉਹਦੇ ਬਾਰੇ ਦੱਸੋ ਕਿਸ ਤਰ੍ਹਾਂ ਦੀ ਫਿਲਮ ਆ ਜੀ? ਕੋਈ ਉਹਦਾ ਸਾਡਾ ਜਿਹੜਾ ਪ੍ਰੋਡਿਊਸਰ ਆ ਨਾ ਉਹਦੀ ਕੋਈ ਪ੍ਰੋਬਲਮ ਚੱਲ ਰਹੀ ਹੈ ਕਿਉਂਕਿ ਆਪਾਂ ਤਾਂ ਆਪਦਾ ਕੰਮ ਕਰਤਾ। ਫਿਲਮ ਬਾਰੇ ਦੱਸੋ ਵੀ ਕਿਸ ਤਰ੍ਹਾਂ ਦੀ ਫਿਲਮ ਆ, ਕਦੋਂ ਫਿਲਮ ਦਾ ਕਿੱਥੇ ਸ਼ੂਟ ਹੋਈ ਆ? ਜੀ ਨਹੀਂ ਕਰਦਾ ਦੱਸਣ ਨੂੰ, ਟਾਈਮ ਵਾਲਾ ਹੋ ਗਿਆ ਜਦੋਂ ਬਾਕੀ ਸ਼ਾਇਦ ਬਾਬੇ ਨੂੰ ਨਾ ਮਨਜ਼ੂਰ ਹੋਵੇ ਵਧੀਆ ਤੈਨੂੰ ਇੱਧਰ, ਤੈਨੂੰ ਲੋਕ ਪਿਆਰ ਕਰਦੇ ਕਿਹੜੇ ਪਾਸੇ ਪਿਆ ਤੂੰ, ਹੈ ਹੈ ਹੁਣ ਵੀ ਪ੍ਰੋਗਰਾਮ ਅਖਾੜੇ ਜਿਵੇਂ ਜਿਹੜੇ ਅਸਲ ਅਖਾੜੇ ਆ, ਅੱਜ ਵੀ ਰਾਜਸਥਾਨ 'ਚ ਲਾਈ ਦੇ ਪ੍ਰੋਗਰਾਮ ਇਕੱਠ ਹੁੰਦਾ ਬਹੁਤ ਜ਼ਿਆਦਾ,
ਜਦੋਂ ਤੁਸੀਂ ਹੁਣ ਗੀਤ ਇੱਕ ਸੋਲੋ ਗੀਤ ਕਰਨਾ ਹੁੰਦਾ ਸਿੰਗਲ ਟਰੈਕ ਕਰਨਾ ਹੁੰਦਾ ਤਾਂ ਕਿਵੇਂ ਤੁਸੀਂ ਡਿਸਾਈਡ ਕਰਦੇ ਹੋ ਵੀ ਆਹ ਟੌਪਿਕ 'ਤੇ ਹੁਣ ਆਪਾਂ ਇੱਕ ਸਿੰਗਲ ਟਰੈਕ ਕਰਨਾ? ਟੌਪਿਕ ਤਾਂ ਸੋਚਾਂ ਬਣੀ ਜਾਂਦੇ ਹੁਣ ਕੀ ਕਰੀਏ, ਜਿਹੜਾ ਕੁਛ ਸੋਚਦੇ ਹਾਂ ਉਹ ਐਂ ਲੱਗਦਾ ਜਦੋਂ ਟੀ ਵੀ 'ਤੇ ਉਦੋਂ ਪਹਿਲਾਂ ਗੀਤ ਹੋਰ ਆ ਜਾਂਦਾ, ਇਹੋ ਜਿਹਾ ਗੀਤ ਆਉਂਦਾ ਜਿਹਨੂੰ ਸੁਣ ਦੇ ਹਾਸੀ ਵੀ ਆਉਂਦੀ ਹਿੱਟ ਹੋ ਜਾਂਦਾ ਹੈ ਜੀ। ਹੁਣ ਪਿਛਲੇ ਸਾਲ ਇੱਕ ਗਾਣੇ ਨੇ ਇੰਨੀ ਧੁੰਮ ਮਚਾਈ ਹੈ ਜੀ, ਕੋਈ ਪਿਸਤੌਲ ਪਸੂਲ ਵਾਲਾ ਗਾਣਾ ਸੀ ਉਹ, ਹੈਂ ਬੱਤੀ ਬੋਰ ਬੋਲਦਾ ਫਲਾਣਾ ਧਿਉਂਕਾ, ਹਰ ਇੱਕ ਵਿਆਹ 'ਚ ਚੱਲਿਆ ਉਹ। ਅਤੇ ਇੱਕ ਪਾਸੇ ਜਦੋਂ ਨੈੱਟ 'ਤੇ ਪਾਉਂਦੇ ਮਾੜਾ ਜੀ ਨੇ ਪੰਜਾਬ ਦੇ ਹਾਲਾਤ ਖਰਾਬ ਕਰ ਦੂ ਪਿਸਤੌਲਾਂ ਵਾਲੇ ਗਾਣੇ ਗਾਉਂਦਾ, ਉਹਨੇ ਗਾ ਤਾ ਤੁਸੀਂ ਬਜਾਓ ਹੀ ਨਾ, ਉਹ ਘਰੇ ਆ ਕੇ ਥੋੜ੍ਹਾ ਗਾਉਂਦਾ ਤੁਹਾਡੇ ਗੱਲਾਂ 'ਤੇ ਹੀ ਹੈ ਨਾ। ਜਦੋਂ ਇੱਦਾਂ ਦੇ ਗੀਤ ਚੱਲਦੇ ਫਿਰ ਅਸੀਂ ਸੋਚਣ ਲਈ ਮਜਬੂਰ ਕਰਦੇ ਵੀ ਅਸੀਂ ਤਾਂ ਗਾ ਨਹੀਂ ਸਕਦੇ। ਇਹ ਸਿਸਟਮ ਆ ਜਿਹੜਾ ਇਕੱਲੇ ਕਲਾਕਾਰ 'ਤੇ ਕਹਿਤਾ ਵੀ ਕਲਾਕਾਰ ਨੇ ਸੱਭਿਆਚਾਰ ਵਿਗਾੜਤਾ, ਆਹ ਦੁੱਧ ਦਾ ਜਿਹੜਾ ਗੰਦਾ ਆਉਂਦਾ ਇਹ ਗਾਣਾ ਆਇਆ ਕਿਤੇ ਦੁੱਧ ਦਾ, ਵੀ ਰੇਹਾਂ ਪਾ ਪਾ ਦੁੱਧ ਦੇ ਰਹੇ ਹਾਂ, ਗਾਣਾ ਆਇਆ ਕਿਤੇ ਵੀ ਆਹ ਸਬਜ਼ੀਆਂ ਦੇ ਉੱਤੇ ਟੀਕਾ ਲੱਗਦਾ ਤੜਕੇ ਨੂੰ ਕੱਦੂ ਐਡਾ ਹੋ ਜਾਂਦਾ, ਟੀਕਾ ਸਪਰੇ ਆਪਾਂ ਆਪ ਕਰਦੇ ਹਾਂ, ਕਿਹੜੇ ਕਲਾਕਾਰ ਨੇ ਗਾਣਾ ਗਾਇਆ? ਇਹ ਜਿਹੜਾ ਮਿਲਾਵਟ ਆ ਇਹ ਕਿਹੜੇ ਕੀ ਕਲਾਕਾਰ ਨੇ ਗਾਇਆ ਵੀ ਮਿਲਾਵਟ ਵਾਲਾ ਖਰੀਦੇ? ਉਹ ਤਾਂ ਚੱਲ ਠੀਕ ਆ, ਦੂਜੇ ਪਾਸੇ ਕਹਿੰਦੇ ਕਲਾਕਾਰ ਨੇ ਵਿਗਾੜਤੇ, ਅਤੇ ਇਹ ਕਿਹਨੇ ਵਿਗਾੜਤੇ ਬਈ? ਨਾ ਕਲਾਕਾਰਾਂ ਦਾ ਲੱਗ ਜਾਂਦਾ ਕਿਉਂਕਿ ਇਹ ਵਿਗਾੜੇ ਨਹੀਂ ਗੀਤਾਂ ਦੇ ਵਿੱਚ ਜੋ ਲੱਗਦਾ ਆਪਾਂ ਨੂੰ। ਮੈਨੂੰ ਕੋਈ ਪੱਤਰਕਾਰ ਅਤੇ ਮੈਂ ਉਹਦੇ ਬਾਰੇ ਕਿਸੇ ਮੈਂ ਸਟੇਜ 'ਤੇ ਬੋਲਤਾ, ਮੇਰੇ ਬਾਰੇ ਤਾਂ ਵਿਚਾਰੇ ਲਿਖਿਆ ਨਹੀਂ ਕੁਛ, ਉਹ ਹਮੇਸ਼ਾ ਕਲਾਕਾਰਾਂ ਦੀ ਨਿੰਦਿਆ, ਉਹਨੇ ਮਾੜਾ ਗੀਤ ਗਾਇਆ, ਉਹਨੇ ਪਤਾ ਨਹੀਂ ਕਿੱਥੋਂ ਲਿਆਉਂਦਾ ਮਾੜਾ ਗੀਤ ਚੱਕ ਕੇ, ਉਹ ਸੁਣ ਲੈਂਦਾ ਫਿਰ ਲੋਕ ਸੁਣਦੇ ਆ। ਚੰਗੇ ਗੀਤ ਕਿਸੇ ਪੱਤਰਕਾਰ ਨੇ ਲਿਖੇ ਆ ਕਿ ਆਹ ਲੈਣਾ ਵਧੀਆ, ਕਿਸੇ ਅਖਬਾਰ 'ਚ ਆਓ ਕਿਸੇ ਮੈਗਜ਼ੀਨ 'ਚ ਚੱਕਿਆ ਆਉਂਦਾ ਉਹਨੇ ਫਲਾਣੇ ਗਾਣੇ ਮਾੜੇ ਗਾਤੇ ਉਹਨੇ ਗਾਤੇ ਮਾੜੇ, ਚੰਗੇ ਬਾਰੇ ਕੋਈ ਲੈਣਾ ਨਹੀਂ ਲਿਖਦਾ, ਬਥੇਰੇ ਚੰਗੇ ਗਾਉਂਦੇ ਆ। ਜੇ ਗੁਰਵਿੰਦਰ ਬਰਾੜ ਦਾ ਅੱਜ ਗੀਤ ਵਧੀਆ ਆਇਆ ਤਾਂ ਸਾਰਿਆਂ ਨੂੰ ਉਹਦੇ ਪ੍ਰੇਜ਼ ਵੀ ਕਰਨੀ ਚਾਹੀਦੀ ਹੈ, ਬਾਈ ਦਾ ਗੀਤ ਹੁਣੇ ਸ਼ਿਵ ਦੀ ਕਿਤਾਬ ਜਿਹੜਾ ਆਇਆ ਉਹਨੇ ਵਧੀਆ ਗੀਤ ਹਮੇਸ਼ਾ ਗਾਇਆ। ਮੈਂ ਜੱਟ ਦੀ ਤਕਦੀਰੇ ਗਾਇਆ ਜੀ ਜੀ, ਕਿਸੇ ਅਖਬਾਰ 'ਚ ਲਿਖਿਆ, ਜੇ ਉਲਟਗਾ ਤਾਂ ਨਾਲ ਦੀਆਂ ਲਿਖ ਲੱਗ ਜਾਣਗੇ। ਮੈਂ ਬਾਈ ਰਵਿੰਦਰ ਗਰੇਵਾਲ ਦਾ ਇੱਕ ਵਾਰੀ ਇੰਟਰਵਿਊ ਕਰ ਰਿਹਾ ਸੀ, ਉਹਨਾਂ ਨੇ ਕਿਹਾ ਵੀ ਮੈਂ ਫਾਂਸੀ ਕੈਸਟ ਕੀਤੀ ਸੀ, ਕਿਸੇ ਨੇ ਮੈਨੂੰ ਸ਼ਾਬਾਸ਼ ਨਹੀਂ ਦਿੱਤੀ, ਤੇ ਇੱਕ ਗੀਤ ਦੇ ਵਿੱਚ ਮੈਂ ਕੁੜੀਆਂ ਦੇ ਘੱਟ ਕੱਪੜੇ ਵੀਡੀਓ ਡਾਇਰੈਕਟਰ ਨੇ ਪਵਾਤੇ ਤਾਂ ਉਦੋਂ ਸਾਰਿਆਂ ਨੇ ਲਾਂਘਾਂ ਵੀ ਪਾਈਆਂ, ਸਾਰਿਆਂ ਨੇ ਕਾਲਾਂ ਕੀਤੀਆਂ ਵੀ ਤੁਸੀਂ ਮਾੜਾ ਹੈ ਨਾ, ਚੰਗੀ ਚੰਗੀ ਚੀਜ਼ ਦੀ ਪ੍ਰੇਜ਼ ਕਰਨੀ ਬਣਦੀ, ਨਵੇਂ ਮੁੰਡੇ ਵਧੀਆ ਗਾਉਣਗੇ ਜਿਹੜੇ, ਜੇ ਤੁਸੀਂ ਨਾ ਕਰੋਗੇ ਤਾਂ ਜਿਹੜਾ ਵਧੀਆ ਗਾਉਣਾ ਦੂਜੇ ਪਾਸੇ ਉਹ ਤਾਂ ਗਾਊਗਾ ਵੀ ਯਾਰ ਮੈਂ ਐਵੇਂ ਵਧੀਆ ਸਿੰਗਰ ਆ ਗਾਉਣ ਵਾਲਾ, ਜਿਹਨੂੰ ਗਾਉਣਾ ਨਹੀਂ ਆਉਂਦਾ ਉਹ ਤਾਂ ਮੌਜਾਂ ਕਰਦੇ ਆ ਹੈ ਜੀ। ਜੇ ਆਪਾਂ ਕਲਾਕਾਰਾਂ ਦੀ ਗੱਲ ਕਰੀਏ ਤਾਂ ਕਲਾਕਾਰ ਬਹੁਤ ਘੱਟ ਨੇ ਜਿਹੜੇ ਸੁਰੀਲੇ ਨੇ ਅੱਜ ਦੇ ਸਮੇਂ ਦੇ ਵਿੱਚ, ਜਿਨ੍ਹਾਂ ਦਾ ਦਾਜਾ ਲੱਗ ਜਾਂਦਾ ਉਹ ਹਿੱਟ ਹੋ ਜਾਂਦਾ ਅਤੇ ਉਸ ਤੋਂ ਬਾਅਦ ਉਹ ਫੋਨ ਵੀ ਚੱਕਦਾ ਅਗਲਾ ਕਹਿੰਦਾ ਮੈਂ ਯਾਰ ਭਰਾ ਬੋਲਦਾ ਹੁੰਦਾ, ਤੁਹਾਨੂੰ ਕੀ ਲੱਗਦਾ ਸੁਰੀਲਾ ਬੰਦਾ ਜਿਹੜਾ ਉਹ ਇਸ ਲਾਈਨ ਦੇ ਵਿੱਚ ਜ਼ਿਆਦਾ ਸਟੇਬਲ ਰਹਿੰਦਾ ਕਿ ਜਿਹੜਾ ਸ਼ੋਸ਼ੇਬਾਜ਼ੀ ਜਾਂ ਫਿਰ ਦਾਜਾ ਜਿਹਦਾ ਲੱਗਦਾ ਹੁੰਦਾ ਉਹਨੂੰ ਲੋਕ ਜ਼ਿਆਦਾ ਪਸੰਦ ਕਰਦੇ ਆ? ਨਹੀਂ ਵੇਖੋ ਜੀ, ਦਾ ਲੱਗਣ ਵਾਲਾ ਲੰਬਾ ਸਮਾਂ ਤਾਂ ਚੱਲਦਾ ਨਹੀਂ, ਜੇ ਕਿਸੇ ਨੂੰ ਘੱਟ ਵੀ ਗਾਉਣਾ ਆਉਂਦਾ ਹੋਵੇ ਸ਼ਾਇਦ ਉਹਦਾ ਦਿਮਾਗ ਬਹੁਤ ਤੇਜ਼ ਹੋਵੇ, ਤਰੀਕੇ ਨਾਲ ਨਬਜ਼ ਸਮਝਦਾ ਹੋਵੇ ਸਰੋਤਿਆਂ ਨੂੰ ਚੱਲ ਜਾਂਦੇ ਆ। ਬਾਕੀ ਹੁਣ ਤਾਂ ਸਮਾਂ ਜ਼ਿਆਦਾ ਮਾੜਾ ਆ ਗਿਆ, ਕਲਾਕਾਰ ਨੂੰ ਪੈਸੇ ਚਾਹੀਦੇ, ਇੰਨਾ ਪੈਸਾ ਚਾਹੀਦਾ, ਉਨਾ ਪੈਸਾ ਲਾ ਕੇ ਗੀਤ ਇੱਕ ਵੀ ਹਿੱਟ ਹੋ ਗਿਆ ਤਾਂ ਕੀ ਕਰ ਲਊਗਾ, ਉਹ ਆ ਵੀ ਥੋੜ੍ਹਾ ਜਿਹਾ ਇਹ ਆਪਾਂ ਲੋਕਾਂ ਨੂੰ ਚਾਹੀਦਾ ਵੀ ਵਧੀਆ ਜਿਹੜੇ ਕਲਾਕਾਰ ਗਾਉਂਦੇ ਆ ਉਹਨੂੰ ਤਰਜੀਹ ਦੇਣ ਵਧੀਆ ਗਾਣੇ। ਥੈਂਕ ਯੂ ਜੀ, ਟਾਈਮ ਕੱਢਿਆ ਸਾਡੇ, ਤੁਸੀਂ ਆਏ ਇੱਥੇ, ਬਹੁਤ ਬਹੁਤ ਮਿਹਰਬਾਨੀ, ਅਤੇ ਨਾਲੇ ਦਿਲ ਦੀ ਪੜਾਸ ਨਿਕਲ ਗਈ ਸਾਰੀ, ਬਹੁਤ ਮਿਹਰਬਾਨੀ। ਬਾਕੀ ਸਾਰੇ ਦਰਸ਼ਕ ਜਿਹੜੇ ਇਹ ਪ੍ਰੋਗਰਾਮ ਦੇਖਣਗੇ ਬਹੁਤ ਬਹੁਤ ਧੰਨਵਾਦ। ਥੋੜ੍ਹੀਆਂ ਖਰੀਆਂ ਸੁਣਾਈਆਂ ਗਈਆਂ, ਅੰਦਰ ਅੱਗ ਸੀ ਉਹ ਕੱਢ ਲਈ ਆ, ਮਾਫ਼ ਕਰਨਾ ਜੇ ਕਿਸੇ ਨੂੰ ਇਹ ਸ਼ਬਦ ਲੱਗੇ, ਗਲਤੀ ਨਹੀਂ ਕਰਦਾ ਇੱਕੋ ਹੈ ਭਗਵਾਨ, ਜੋ ਗਲਤੀ ਫੇਰ ਕਰਦਾ ਉਹ ਹੈ ਹਵਾਨ, ਜੇ ਫੇਰ ਕਰਦਾ ਉਹ ਹੈ ਸ਼ੈਤਾਨ, ਜੋ ਮੰਨ ਜਾਂਦਾ ਗਲਤੀ ਫੇਰ ਨਹੀਂ ਕਰਦਾ ਉਹ ਹੈ ਇਨਸਾਨ। ਆਪ ਸਭ ਤੋਂ ਮਾਫ਼ੀ ਚਾਹੁੰਦੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਇਹ ਸੀ ਜੀ ਸਾਡਾ ਅੱਜ ਦਾ ਰੂਪ ਪ੍ਰੋਗਰਾਮ ਬਾਈ ਬਲਕਾਰ ਸਿੱਧੂ ਹੁਣਾਂ ਦੇ ਨਾਲ, ਉਮੀਦ ਹੈ ਸਾਡੀ ਗੱਲਬਾਤ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਏਗੀ। ਚੰਗਾ ਲੱਗਦਾ ਜਦੋਂ ਚੰਗੀ ਗਾਇਕੀ ਦੇ ਨਾਲ ਲੰਮੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਗਾਇਕ ਸਟੈਬਲਿਸ਼ ਹੁੰਦੇ ਨੇ, ਅਤੇ ਬਾਹਰਲੇ ਮੁਲਕਾਂ ਵਿੱਚ ਵੱਸਦੇ ਹੋਏ ਪੰਜਾਬੀ ਇਹਨਾਂ ਦੇ ਗੀਤਾਂ ਨੂੰ ਮਨਾ ਮੋਹੀ ਪਿਆਰ ਕਰਦੇ ਨੇ। ਲੋੜ ਹੈ ਅੱਜ ਕੱਲ੍ਹ ਦੇ ਸਿੰਗਰਾਂ ਨੂੰ ਇਸ ਤਰ੍ਹਾਂ ਦੀ ਗਾਇਕੀ ਨੂੰ ਅਪਣਾਉਣ ਦੀ। ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ pgill@globalpunjabtv.com 'ਤੇ। ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿੱਚ, ਤਦ ਤੱਕ ਸਤਿ ਸ਼੍ਰੀ ਅਕਾਲ, ਰੱਬ ਰੱਖਾ।